ਜਮੈਟਰੀਕਲ ਡਰਾਇੰਗ ਅੱਠਵੀਂ ਸ਼੍ਰੇਣੀ ਦਾ ਪ੍ਰਸ਼ਨ ਨੰਬਰ 29। ਗਿਆਤ ਅਰਧ ਵਿਆਸ ਆਰ ਦਾ ਇੱਕ ਚੱਕਰ ਖਿੱਚਣਾ ਜੋ ਦੋ ਅਸਮਾਨ ਅੰਤਰ ਖਾਵਾਂ ਏ ਬੀ ਅਤੇ ਵੀ ਸੀ ਨੂੰ ਸਪਰਸ਼ ਕਰੇ। ਦਿੱਤਾ ਹੋਇਆ ਅਰਧ ਵਿਆਸ ਆਰ ਲਓ, ਦੋ ਸਮਾਨ ਅੰਤਰ ਖਾਵਾਂ ਏ ਬੀ ਅਤੇ ਬੀ ਸੀ ਲਓ। ਕੋਣ ਏ ਬੀ ਸੀ ਦਾ ਅੱਧ ਕਰੋ। ਰੇਖਾ ਖੰਡ ਨੂੰ ਮਿਲਾ ਕੇ ਵਧਾਓ। ਅਰਧ ਵਿਆਸ ਆਰ ਜਿੰਨੀ ਪ੍ਰਕਾਰ ਖੋਲੋ। ਏ ਬੀ ਰੇਖਾ ਖੰਡ ਦੇ ਸਮਾਨ ਅੰਤਰ ਰੇਖਾ ਖੰਡ ਲਾਓ। ਦੋਨੇ ਚਾਪਾਂ ਨੂੰ ਸਪਰਸ਼ ਕਰਦਾ ਹੋਇਆ ਰੇਖਾਖੰਡ ਖਿੱਚੋ। ਜੋ ਅੱਧ ਵਾਲੇ ਰੇਖਾਖੰਡ ਨੂੰ ਉਹ ਤੇ ਕੱਟੇਗਾ। ਉਹਨੂੰ ਕੇਂਦਰ ਮੰਨ ਕੇ ਆਰ ਜਿੰਨੀ ਪ੍ਰਕਾਰ ਖੋਲ ਕੇ ਅਰਧ ਵਿਆਸ ਆਰ ਜਿੰਨੀ ਪ੍ਰਕਾਰ ਖੋਲ ਕੇ ਚੱਕਰ ਲਾਓ ਜੋ ਦੋਨੇ ਰੇਖਾ ਖੰਡਾਂ ਨੂੰ ਸਪਰਸ਼ ਕਰੇਗਾ। ਇਸ ਤਰ੍ਹਾਂ ਅਸੀਂ ਦਿੱਤੇ ਹੋਏ ਅਰਧ ਵਿਆਸ ਆਰ ਦਾ ਚੱਕਰ ਖਿੱਚ ਸਕਦੇ ਹਾਂ ਜੋ ਦੋ ਦਿੱਤੀਆਂ ਹੋਈਆਂ ਅਸਮਾਨ ਅੰਤਰ ਏ ਬੀ ਅਤੇ ਬੀ ਸੀ ਰੇਖਾ ਖੰਡ ਨੂੰ ਸਪਰਸ਼ ਕਰੇ। ਇੱਕ ਵਾਰੀ ਦੁਬਾਰੇ ਵੇਖੋ, ਅਰਧ ਵਿਆਸ ਆਰ ਲਓ, ਦੋ ਅਸਮਾਨ ਅੰਤਰ ਖਾਵਾਂ ਏ ਬੀ ਅਤੇ ਬੀ ਸੀ ਲਓ। ਕੋਣ ਏ ਬੀ ਸੀ ਦਾ ਅੱਧ ਕਰੋ। ਏ ਬੀ ਦੇ ਸਮਾਨ ਅੰਤਰ ਆਰ ਜਿੰਨੀ ਪ੍ਰਕਾਰ ਖੋਲ ਕੇ ਰੇਖਾਖੰਡ ਈ ਐਫ ਲਾਓ। ਜੋ ਅੱਧ ਵਾਲੇ ਰੇਖਾਖੰਡ ਨੂੰ ਉਹ ਤੇ ਕੱਟੇਗੀ ਉਹਨੂੰ ਕੇਂਦਰ ਮੰਨ ਕੇ ਆਰ ਜਿੰਨੀ ਪ੍ਰਕਾਰ ਖੋਲ ਕੇ ਚੱਕਰ ਲਾਓ ਜੋ ਦੋਨੇ ਰੇਖਾਖੰਡਾਂ ਨੂੰ ਸਪਰਸ਼ ਕਰੇਗਾ। ਇਸ ਤਰ੍ਹਾਂ ਅਸੀਂ ਦਿੱਤੇ ਹੋਏ ਦੋ ਅਸਮਾਨ ਅੰਤਰ ਖਾਵਾਂ ਏ ਬੀ ਅਤੇ ਬੀ ਸੀ ਨੂੰ ਸਪਰਸ਼ ਕਰਦਾ ਹੋਇਆ ਇੱਕ ਚੱਕਰ ਖਿੱਚ